ਮੈਂ ਗੁਰਦੀਪ ਸਿੰਘ, ਮੁੱਖ ਤਵੀੜੀ ਅਫਸਰ ਲੁਧਿਆਣਾ। ਮੈਂ ਤਾਂ ਅੱਜ ਹੀ ਜੁਆਇਨ ਕੀਤਾ ਇੱਥੇ ਅੱਜ ਮੁੱਖ ਤਵੀੜੀ ਅਫਸਰ। ਅਤੇ ਸਰ, ਇੱਕ ਲੁਧਿਆਣਾ ਜ਼ਿਲ੍ਹਾ ਜਿਹੜਾ ਪਿਛਲੀ ਵਾਰ ਦੂਜੇ ਨੰਬਰ 'ਤੇ ਰਿਹਾ। ਪੰਜਾਬ 'ਚ ਉਦੋਂ ਤੋਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ 'ਤੇ ਠੱਲ ਪਈ ਹੈ, ਜਦੋਂ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਫੜਿਆ। ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲਈ ਕੋਈ ਰਿਸ਼ਵਤ ਨਹੀਂ ਚੱਲਦੀ। ਜੇ ਤੁਹਾਨੂੰ ਕੋਈ ਸਰਕਾਰੀ ਨੌਕਰੀ ਦਿਵਾਉਣ ਬਦਲੇ ਤੁਹਾਡੇ ਤੋਂ ਪੈਸੇ ਮੰਗਦਾ ਜਾਂ ਕੋਈ ਹੋਰ ਗਿਫਟ ਮੰਗਦਾ ਜਾਂ ਕਿਸੇ ਕਿਸਮ ਦਾ ਵੀ ਕੋਈ ਤੁਹਾਡੇ ਤੋਂ ਕਿਸੇ ਵੀ ਕਿਸਮ ਦਾ ਕੋਈ ਤੁਹਾਡੇ ਤੋਂ ਹੈਲਪ ਮੰਗਦਾ ਜਾਂ ਆਪਣਾ ਕੋਈ ਪ੍ਰੋਫਿਟ ਮੰਗਦਾ, ਤਾਂ ਕਿਰਪਾ ਕਰਕੇ ਇਹੋ ਜਿਹੇ ਝਾਂਸਿਆਂ 'ਚ ਨਾ ਆਇਓ, ਕਿਉਂਕਿ ਪੰਜਾਬ ਨੂੰ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੇ ਬਣਾਉਣਾ ਔਰ ਲੱਗੇ ਹੋਏ ਹਾਂ, ਦਿਨ ਰਾਤ ਲੱਗੇ ਹੋਏ ਹਾਂ। ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ ਵਟਸਐਪ ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ 'ਤੇ ਰੋਕ ਲਗਾਈ, ਜਿਸ ਰਾਹੀਂ ਲੋਕਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੀ। ਹੁਣ ਤੱਕ ਐਕਸ਼ਨ ਲਾਈਨ ਉੱਪਰ ਕੁੱਲ 12,307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ, ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ 'ਤੇ ਹੀ ਨਿਪਟਾਰਾ ਕੀਤਾ ਗਿਆ। ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਅਤੇ ਕੁੱਲ 742 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜੇ ਤੁਸੀਂ ਦੱਸੋਗੇ ਤਾਂ ਅਸੀਂ ਅੱਗੇ ਕਾਰਵਾਈ ਕਰਾਂਗੇ। ਜੇ ਆ ਹੈਲਪ ਸੈਂਟਰ 'ਤੇ ਸਾਨੂੰ ਕੋਈ ਫੋਨ ਨਾ ਆਉਂਦਾ, ਸ਼ਾਇਦ ਸਾਨੂੰ ਵੀ ਹਜੇ ਟਾਈਮ ਲੱਗ ਜਾਂਦਾ ਉਹਨਾਂ ਨੂੰ ਫੜਨ ਨੂੰ। ਜ਼ਰੂਰ ਦੱਸੋ, ਤੁਹਾਡਾ ਨਾਮ ਵੀ ਗੁਪਤ ਰੱਖਿਆ ਜਾਊਗਾ, ਕਿਸੇ ਨੂੰ ਨਹੀਂ ਦੱਸਿਆ ਜਾਊਗਾ। ਦੇਖੋ, ਲੁਧਿਆਣਾ ਜ਼ਿਲ੍ਹਾ ਇਸ ਵਾਰ ਸਾਡੀ ਜਿਹੜੀ ਐਗਰੀਕਲਚਰ ਦੀ ਜਾਂ ਹੋਰ ਡਿਪਾਰਟਮੈਂਟ ਜਿਨ੍ਹਾਂ ਦੀ ਡਿਊਟੀ ਲੱਗੀਆਂ ਸੀ ਉਹ ਸਾਰਿਆਂ ਦੀਆਂ ਬਹੁਤ ਵਧੀਆ ਕੰਮ ਕੀਤਾ ਗਾ ਅਤੇ ਸਾਡੇ ਜ਼ਿਲ੍ਹੇ ਦੀ ਓਵਰਆਲ ਜਿਹੜੀ ਰਿਡਕਸ਼ਨ ਹੈਗੀ 82% ਰਿਡਕਸ਼ਨ ਹੋਈ ਹੈਗੀ। ਜਿਹੜੇ 82% ਘੱਟ ਕੇਸ ਆਏ ਅੱਗ ਲਾਉਣ ਦੇ, ਅਤੇ ਜਿਹੜੀ ਕਿ ਬੜੀ ਵੱਡੀ ਪ੍ਰਾਪਤੀ ਹੈਗੀ ਸਾਡੇ ਪ੍ਰਸ਼ਾਸਨ ਦੀ ਅਤੇ ਵੱਖ ਵੱਖ ਮਹਿਕਮਿਆਂ ਦੀ, ਜਿਨ੍ਹਾਂ ਨੇ ਬੜੀ ਮਿਹਨਤ ਨਾਲ ਤਨਦੇਹੀ ਨਾਲ ਕੰਮ ਕੀਤਾ ਗਾ। ਅਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਪਿਛਲੇ ਸਾਲ ਦੇ ਹੌਟਸਪੋਟ ਪਿੰਡ ਸੀ, ਜਿੱਥੇ ਅੱਗ ਦੇ ਕੇਸ ਜ਼ਿਆਦਾ ਆਏ ਸੀਗੇ, ਉਹ ਵੀ ਘੱਟ ਕੇ ਸਾਡੇ ਹੌਟਸਪੋਟ ਪਿੰਡ ਦੇ ਵਿੱਚ, ਉਹਨਾਂ ਦੇ ਵਿੱਚ ਓਵਰਆਲ 85% ਰਿਡਕਸ਼ਨ ਆਈ ਹੈ। ਜਿਹੜੇ ਸਾਡੇ ਹੌਟਸਪੋਟ ਪਿੰਡ ਸੀਗੇ ਪਿਛਲੀ ਵਾਰ ਜ਼ਿਆਦਾ ਸੀ, ਉਹ ਜ਼ਿਆਦਾ ਜਗਰਾਓਂ ਬਲਾਕ ਦੇ ਪਿੰਡ ਸੀ, ਰੈਕੋਟ ਦੇ ਸੀਗੇ ਜਾਂ ਸਿੱਧੋ ਮਿੱਟ ਬਲਾਕ ਦੇ ਪਿੰਡ ਸੀ, ਉਹਨਾਂ 'ਚ 85% ਰਿਡਕਸ਼ਨ ਹੋਈ ਹੈ। ਸਾਡੀ ਟੀਮ ਨੇ ਬੜੀ ਮਿਹਨਤ ਨਾਲ ਬੜੇ ਵਧੀਆ ਤਰੀਕੇ ਨਾਲ ਚੰਗਾ ਕੰਮ ਕੀਤਾ ਗਿਆ ਜੀ। ਕਿਸਾਨਾਂ ਨੂੰ ਇਹੀ ਬੇਨਤੀ ਹੈ ਜੀ ਮੇਰੇ ਵੱਲੋਂ ਵੀ ਜਿਹੜੀ ਪਰਾਲੀ ਹੈਗੀ, ਜੇ ਉਹਨੂੰ ਆਪਾਂ ਖੇਤ ਦੇ ਵਿੱਚ ਹੀ ਮੈਨੇਜ ਕਰ ਦਿਆਂਗੇ ਤਾਂ ਉਹਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਗਾ, ਕਿਉਂਕਿ ਜੇ ਅਸੀਂ ਉਹ ਪਰਾਲੀ ਸਾਡੀ ਉਹਨੂੰ ਅੱਗ ਲਾ ਕੇ ਅਲੱਗ ਲਾ ਦਿੰਦੇ ਹੈਗੇ ਜਾਂ ਉਹਨੂੰ ਕਿਸੇ ਤਰੀਕੇ ਨਾਲ ਬਾਹਰ ਕੱਢਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਮੈਂ ਕਦੇ ਵੀ ਇਹ ਨਹੀਂ ਕਹੂੰਗਾ ਵੀ ਉਹਦੀ ਬੇਲਿੰਗ ਕੀਤੀ ਜਾਵੇ ਜਾਂ ਗੰਢਾ ਬਣਾ ਕੇ ਬਾਹਰ ਕੱਢ ਦਿੱਤੀ ਜਾਵੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਪਰਾਲੀ ਦੀ ਇਨਸੀਟੂ ਮੈਨੇਜਮੈਂਟ ਕਰਨੀ ਚਾਹੀਦੀ ਹੈ, ਪਰਾਲੀ ਨੂੰ ਖੇਤ ਦੇ ਵਿੱਚ ਹੀ ਰਲਾਉਣਾ ਚਾਹੀਦਾ ਗਾ। ਉਹਦੇ ਨਾਲ ਕੀ ਆ ਕਿ ਜਿਹੜੇ ਸਾਡੇ ਫਸਲਾਂ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਫਸਲ ਨੂੰ ਚਾਹੀਦੇ ਆ ਸਾਡੇ ਜ਼ਮੀਨ ਦੇ ਵਿੱਚ ਰਹਿ ਜਾਂਦੇ ਹੈਗੇ, ਜੇ ਅਸੀਂ ਪਰਾਲੀ ਨੂੰ ਬਾਹਰ ਕੱਢਦੇ ਹਾਂ ਤਾਂ ਜਿਹੜੇ ਜ਼ਰੂਰੀ ਤੱਤ ਸਾਡੀ ਪਰਾਲੀ ਦੇ ਵਿੱਚ ਹੁੰਦੇ ਹੈਗੇ ਉਹ ਬਾਹਰ ਨਿਕਲ ਜਾਂਦੇ ਆ, ਇੱਕ ਤਰੀਕੇ ਨਾਲ ਨਿਊਟ੍ਰੈਂਟ ਮਾਈਨਿੰਗ ਹੁੰਦੀ ਹੈਗੀ। ਸਾਨੂੰ ਚਾਹੀਦਾ ਵੀ ਪਰਾਲੀ ਨੂੰ, ਕਿਉਂਕਿ ਸਾਡੇ ਕੋਲ ਹੁਣ ਤਾਂ ਬਹੁਤ ਸਾਧਨ ਆ ਪਰਾਲੀ ਨੂੰ ਮੈਨੇਜ ਕਰਨ ਦੇ ਲਈ, ਅਤੇ ਜੇ ਅਸੀਂ ਹੁਣ ਇਸ ਵੇਲੇ ਕਣਕ ਦੀ ਬਿਜਾਈ ਸਾਡੇ ਜਿਹੜੇ ਕਿਸਾਨ ਭਰਾਵਾਂ ਦੀ ਰਹਿੰਦੀ ਹੈਗੀ, ਵੈਸੇ ਤਾਂ 94% ਦੇ ਕਰੀਬ ਸਾਡੀ ਬਿਜਾਈ ਹੋ ਚੁੱਕੀ ਹੈਗੀ, ਫਿਰ ਵੀ ਜਿਹੜੇ ਕਿਸਾਨ ਭਰਾਵਾਂ ਦੀ ਬਿਜਾਈ ਸਾਡੀ ਰਹਿੰਦੀ ਹੈਗੀ ਉਹਨਾਂ ਨੂੰ ਬੇਨਤੀ ਹੈਗੀ ਕਿ ਸੁਪਰਸੀਡਰ ਨਾਲ ਜਾਂ ਹੋਰ ਕਈ ਤਰੀਕੇ ਹੈਗੇ, ਮਤਲਬ ਜਿਹਦੇ ਨਾਲ ਅਸੀਂ ਪਰਾਲੀ ਖੇਤ ਦੇ ਵਿੱਚ
ਵਿੱਚੇ ਮੈਨੇਜ ਕਰਕੇ ਕਣਕ ਦੀ ਬਿਜਾਈ ਕਰ ਸਕਦੇ ਹਾਂਗੇ। ਅਤੇ ਦੂਜੀ ਗੱਲ ਆ ਵੀ ਹੁਣ ਇੱਕ ਮੇਰੀ ਬੇਨਤੀ ਇਹ ਜ਼ਰੂਰ ਆ ਗਈ ਕਿ ਜਿਹੜਾ ਹੁਣ ਸਮਾਂ ਗਾ 30 ਨਵੰਬਰ ਤੱਕ ਜਿਹੜੀਆਂ ਯੂਨੀਵਰਸਿਟੀ ਵੱਲੋਂ ਲੇਟ ਬੀਜਣ ਵਾਲੀਆਂ ਵਰਾਇਟੀਆਂ ਦੀ ਸਿਫਾਰਿਸ਼ ਕੀਤੀ ਗਈ ਉਹ ਵਰਾਇਟੀਆਂ ਦੀ ਬਿਜਾਈ ਕੀਤੀ ਜਾਵੇ, ਅਤੇ ਤਾਂ ਕਿ ਜਿਹੜਾ ਸਾਡਾ ਸਾਨੂੰ ਕੋਈ ਬਾਅਦ ਵਿੱਚ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਸਰ ਇਸ ਵਾਸਤੇ ਕੁਝ ਮੌਸਮ ਵੀ ਖੁਸ਼ਕ ਰਿਹਾ ਵਾ, ਕੁਝ ਕਿਸਾਨ ਵੀ ਕਹਿੰਦੇ ਨੇ ਕਿ ਜਿੱਦਾਂ ਸੁੰਡੀ ਜਾਂ ਫਿਰ ਜਿਹੜੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਮੌਸਮ ਆ ਇਸ ਵਾਰ ਖੁਸ਼ਕ ਰਹਿਣ ਕਾਰਨ ਦਿੱਕਤ ਆਈ ਹੈਗੀ ਕਿ ਜਿਹੜੇ ਖੇਤ ਆ ਸਾਡੇ ਖੇਤ ਦਾ ਵੱਤਰ ਸਾਡਾ ਖੁਸ਼ਕ ਹੋ ਗਿਆ, ਅਤੇ ਅਸੀਂ ਜਿਹੜੀ ਬਿਜਾਈ ਦੇ ਵਿੱਚ ਜੇ ਸਾਡਾ ਖੇਤ ਦਾ ਵੱਤਰ ਖੁਸ਼ਕ ਹੋ ਗਿਆ, ਵੱਤਰ ਪ੍ਰੋਪਰ ਨਹੀਂ ਹੈ, ਤਾਂ ਜੇ ਉਹਦੀ ਜਰਮੀਨੇਸ਼ਨ ਦੀ ਥੋੜ੍ਹੀ ਬਹੁਤੀ ਦਿੱਕਤ ਆਈ ਗਈ। ਕਈ ਵਾਰ ਕਿਸਾਨਾਂ ਨੂੰ ਇਹ ਲੱਗਦਾ ਕਿ ਜੇ ਖੇਤ ਦੇ ਵਿੱਚ ਜਰਮੀਨੇਸ਼ਨ ਘੱਟ ਆ ਤਾਂ ਉਹਨੂੰ ਲੱਗਦਾ ਵੀ ਕਹਿੰਦੀ ਖੇਤ ਦੇ ਵਿੱਚ ਸੁੰਡੀ ਹੈਗੀ। ਜੇ ਤਾਂ ਅਸੀਂ ਉਹਦੀ ਜੜ ਦੇਖਦੇ ਹਾਂ, ਜੇ ਸੁੰਡੀ ਹੈ ਵਾਕਈ ਹੈ ਤਾਂ ਉਹਦਾ ਕੰਟਰੋਲ ਹੋ ਸਕਦਾ ਗਾ, ਕਿਉਂਕਿ PAU ਵੱਲੋਂ ਐਗਰੀਕਲਚਰ ਡਿਪਾਰਟਮੈਂਟ ਵੱਲੋਂ ਦਵਾਈਆਂ ਦੀ ਸਿਫਾਰਿਸ਼ ਕੀਤੀ ਗਈ ਆ, ਉਹ ਦਵਾਈਆਂ ਵਰਤ ਕੇ ਸੁੰਡੀ ਦਾ ਕੰਟਰੋਲ ਕੀਤਾ ਜਾ ਸਕਦਾ ਗਾ। ਪਰੰਤੂ ਉਹ ਦੇਖ ਲੈਣਾ ਚਾਹੀਦਾ ਜੇ ਕਿਤੇ ਜਰਮੀਨੇਸ਼ਨ ਦੀ ਪ੍ਰੋਬਲਮ ਆ, ਜਰਮੀਨੇਸ਼ਨ ਵੈਸੇ ਘੱਟ ਆ ਗਈ, ਜ਼ਮੀਨ ਖੁਸ਼ਕ ਹੋਣ ਕਾਰਨ ਪੱਤਰ ਖੁਸ਼ਕ ਹੋਣ ਕਾਰਨ ਜਰਮੀਨੇਸ਼ਨ ਘੱਟ ਆ, ਤਾਂ ਉਹ ਵੱਖਰਾ ਇਸ਼ੂ ਹੈਗਾ। ਉਹਦੇ ਲਈ ਕੀ ਆ ਕਿ ਜੇ ਅਸੀਂ ਉਸੇ ਖੇਤ ਦੇ ਵਿੱਚ ਜਿਹੜੇ ਖੇਤ ਵਿੱਚ ਜਰਮੀਨੇਸ਼ਨ ਘੱਟ ਆ, ਪਹਿਲੇ ਪਾਣੀ ਦੇ ਨਾਲ 5-7 ਕਿਲੋ ਕਣਕ ਜਿਹੜੀ ਲੇਟ ਵਰਾਇਟੀ ਹੈ ਕੋਈ ਉਹਦੇ ਵਿੱਚ ਛੱਟਾ ਦੇ ਦਈਏ ਤਾਂ ਉਹ ਜਰਮੀਨੇਟ ਹੋ ਜਾਂਦੀ ਹੈ। ਜਿਹੜੀ ਜਰਮੀਨੇਸ਼ਨ ਸਾਡੀ ਘੱਟ ਆ, ਜਿਹੜੇ ਪੈਚਿਸ ਦੇ ਵਿੱਚ ਜਿੱਥੇ ਘੱਟ ਆ, ਤਾਂ ਉਹ ਜਰਮੀਨੇਸ਼ਨ ਸਾਡੀ ਪੂਰੀ ਹੋ ਸਕਦੀ, ਉਹਦੇ ਵਿੱਚ ਆਪਾਂ ਇਸ ਤਰ੍ਹਾਂ ਉਹਨੂੰ ਕਵਰ ਕਰ ਸਕਦੇ ਹਾਂਗੇ। ਅਤੇ ਜੇ ਕਿਤੇ ਸੁੰਡੀ ਦਾ ਹਮਲਾ ਕਿਤੇ ਨਿਗਾਹ 'ਚ ਆਉਂਦਾ ਗਾ ਜੜ ਦੀ ਸੁੰਡੀ ਦਾ, ਤਾਂ ਮੇਰੀ ਬੇਨਤੀ ਕਿਸਾਨ ਭਰਾਵਾਂ ਨੂੰ ਇਹੀ ਹੈ ਵੀ ਜਿਹੜਾ ਲੋਕਲ ਸਾਡਾ ਖੇਤੀਬਾੜੀ ਮਹਿਕਮੇ ਦਾ ਦਫ਼ਤਰ ਹੈਗਾ, ਬਲਾਕ ਦਫ਼ਤਰ ਹੈਗਾ, ਜਾਂ ਸਾਡਾ ਖੇਤੀਬਾੜੀ ਵਿਕਾਸ ਅਫਸਰ ਦਾ ਦਫ਼ਤਰ ਹੈਗੇ ਸਰਕਲ ਦੇ ਵਿੱਚ ਨੇੜੇ ਦਾ, ਤਾਂ ਉਹਦੇ ਨਾਲ ਕੰਟੈਕਟ ਕਰਕੇ ਜੋ ਸਿਫਾਰਿਸ਼ ਕੀਤੀਆਂ ਦਵਾਈਆਂ ਨੇ ਉਹਦੀ ਸਮੇਂ ਸਿਰ ਵਰਤੋਂ ਕਰਕੇ ਉਹ ਸੁੰਡੀ ਨੂੰ ਕੰਟਰੋਲ ਕੀਤਾ ਜਾ ਸਕਦਾ। ਕਿਸੇ ਵੀ ਤਰ੍ਹਾਂ ਦੀ ਘਬਰਾਹਟ ਦੇ ਵਿੱਚ ਆਉਣ ਦੀ ਜਾਂ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਗੀ, ਉਹ ਜੇ ਕਿਤੇ ਹੈ ਸੁੰਡੀ ਤਾਂ ਕੰਟਰੋਲ ਕੀਤੀ ਜਾ ਸਕਦੀ ਹੈਗੀ, ਕੋਈ ਮਤਲਬ ਇਹਦੇ ਵਿੱਚ ਬਹੁਤੀ ਚਿੰਤਾ ਵਾਲੀ ਗੱਲ ਨਹੀਂ ਗੀ, ਪਰ ਫਿਰ ਵੀ ਜੇ ਕੋਈ ਦਿੱਕਤ ਆਉਂਦੀ ਹੈ ਤਾਂ ਮਹਿਕਮੇ ਨਾਲ ਸੰਪਰਕ ਜ਼ਰੂਰ ਕਰ ਲਿਆ ਜਾਵੇ। ਸਰ ਜਿੱਦਾਂ ਇਸ ਵਾਰ ਦੇਖਿਆ ਕਿ ਅਕਤੂਬਰ ਦੇ ਵਿੱਚ ਬਾਰਿਸ਼ ਆਈ ਹੋਈ ਹੈ, ਨਵੰਬਰ ਦੇ ਵਿੱਚ ਵੀ ਬਾਰਿਸ਼ ਨਹੀਂ ਹੈ, ਕਾਫੀ ਖੁਸ਼ਕ ਜਿਹੜਾ ਮੌਸਮ ਰਿਹਾ, ਸੋ ਇਸ ਵਾਰ ਜਿਹੜੇ ਹੈਪੀ ਸੀਡਰ ਵੀ ਇਸਤੇਮਾਲ ਕੀਤੇ ਆ ਲੋਕਾਂ ਨੇ, ਸੋ ਕਿਸ ਤਰ੍ਹਾਂ ਦਾ ਜਿਹੜਾ ਹੈਪੀ ਸੀਡਰ ਨਾਲ ਕਣਕ ਬੀਜਣ ਦਾ ਰੁਝਾਨ ਲੋਕਾਂ 'ਚ ਵੇਖਣ ਨੂੰ ਮਿਲਿਆ, ਤਾਂ ਕਿ ਪਰਾਲੀ ਜਿਹੜੀ ਆ ਉਹ ਅੰਦਰ ਹੀ ਅਮਲ 'ਚ ਹੋ ਜਾਵੇ? ਨਹੀਂ, ਕਿਸਾਨਾਂ ਨੇ ਐਤਕੀ ਹੈਪੀ ਸੀਡਰ, ਸੁਪਰ ਸੀਡਰ ਜਿੰਨੀਆਂ ਵੀ ਸਾਡੀਆਂ ਇੰਸਟੀਟਿਊਟ ਮੈਨੇਜਮੈਂਟ ਵਾਲੀਆਂ ਮਸ਼ੀਨਾਂ ਨੇ ਬੜੇ ਜ਼ੋਰ ਸ਼ੋਰ ਦੇ ਨਾਲ, ਜੋਸ਼ ਨਾਲ, ਵੱਧ ਚੜ੍ਹ ਕੇ ਉਹਨਾਂ ਦੀ ਵਰਤੋਂ ਕੀਤੀ ਹੈਗੀ ਔਰ ਉਹਦੇ ਚੰਗੇ ਰਿਜ਼ਲਟ ਮਿਲੇ ਹੈਗੇ। ਲੱਗਦਾ ਵੀ ਜਿਸ ਤਰ੍ਹਾਂ ਇਸ ਵਾਰ ਲੁਧਿਆਣਾ ਜ਼ਿਲ੍ਹੇ ਨੇ 82% ਜਿਹੜੀ ਆ ਘਾਟਾ ਕੇ ਲੱਗਣ ਦੇ ਮਾਮਲੇ ਆਏ, ਸੋ ਇੱਕ ਤਰ੍ਹਾਂ ਦਾ ਜਿਹੜਾ ਪ੍ਰਦੂਸ਼ਣ ਦਾ ਪੱਧਰ ਵੀ ਲੁਧਿਆਣਾ 'ਚ ਕਈ ਦਿਨਾਂ ਤੱਕ ਜਿਹੜਾ ਵਧਿਆ ਰਹਿੰਦਾ ਸੀਗਾ, ਸੋ ਉਸ 'ਤੇ ਵੀ ਠੱਲ ਪਾਉਣ 'ਚ ਕਿਤੇ ਨਾ ਕਿਤੇ ਜਿਹੜੇ ਕਿਸਾਨ ਵੀਰ ਨੇ ਜਾਂ ਖੇਤੀਬਾੜੀ ਮਹਿਕਮਾ ਕਾਬਿਆ ਹੋਇਆ? ਬਿਲਕੁਲ ਜੀ, ਬਿਲਕੁਲ। ਜਿਹੜਾ ਇਸ ਸਾਲ ਅਸੀਂ ਦੇਖਿਆ ਗਿਆ ਪਿਛਲੇ ਸਾਲਾਂ ਦੇ ਮੁਕਾਬਲੇ ਪੋਲਿਊਸ਼ਨ ਆ ਜਿਹੜਾ ਪੰਜਾਬ ਦੇ ਵਿੱਚ ਓਵਰਆਲ ਹੀ ਘਟਿਆ ਗਾ, ਅਤੇ ਲੁਧਿਆਣੇ ਜ਼ਿਲ੍ਹੇ 'ਚ ਖਾਸ ਕਰਕੇ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਪ੍ਰਦੂਸ਼ਣ ਜ਼ਿਆਦਾ ਹੁੰਦਾ ਸੀ, ਐਤਕੀ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਰਿਹਾ ਗਾ। ਇਹਦੇ ਲਈ ਜਿੱਥੇ ਅਸੀਂ ਪ੍ਰਸ਼ਾਸਨ ਵੱਲੋਂ, ਸਾਡੇ ਮਾਨਯੋਗ DC ਸਾਹਿਬ ਵੱਲੋਂ ਬਹੁਤ ਮਿਹਨਤ ਕੀਤੀ ਗਈ ਹੈਗੀ, ਹਰ ਇੱਕ ਤਹਿਸੀਲ ਲੈਵਲ 'ਤੇ SDM ਸਾਹਿਬ ਵੱਲੋਂ, AD ਸਾਹਿਬ ਵੱਲੋਂ ਬਹੁਤ ਮਿਹਨਤ ਕੀਤੀ ਗਈ ਆ, ਇਹਦੇ ਨਾਲ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਸਾਡਾ ਕਿਸਾਨਾਂ ਦਾ ਰਹੇਗਾ। ਕਿਸਾਨ ਇਹਦੇ ਲਈ ਵਧਾਈ ਦੇ ਪਾਤਰ ਹੈਗੇ ਜੇ ਅਸੀਂ ਸਾਡਾ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਵਿੱਚ ਕਾਮਯਾਬ ਹੋਏ ਹਾਂ, ਅਤੇ ਇਹਦਾ ਵੱਡਾ ਰੋਲ ਕਿਸਾਨਾਂ ਦਾ ਰਹੇਗਾ, ਅਤੇ ਮੈਂ ਕਿਸਾਨਾਂ ਨੂੰ ਵਧਾਈ ਦਿੰਦਾ ਇਹਦੇ ਸੰਬੰਧ ਵਿੱਚ ਕਿ ਉਹਨਾਂ ਨੇ ਆਪਣਾ ਯੋਗਦਾਨ ਪਾਇਆ, ਅਸੀਂ ਪ੍ਰਦੂਸ਼ਣ ਨੂੰ ਘੱਟ ਕਰਨ ਦੇ ਵਿੱਚ ਕਾਮਯਾਬ ਹੋਏਗੇ, ਅਤੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨ ਵੀਰ ਹੈਗੇ ਪ੍ਰਸ਼ਾਸਨ ਦਾ, ਮਹਿਕਮੇ ਦਾ ਇਸੇ ਤਰ੍ਹਾਂ ਸਹਿਯੋਗ ਕਰਨਗੇ, ਤਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਪ੍ਰਦੂਸ਼ਣ ਉਹਨੂੰ ਘੱਟ ਕਰ ਸਕੀਏ।